ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ, ਠੀਕ ਆ, ਬਾਈ ਝੰਡੇ ਹੋਰਾਂ ਦੇ ਕੋਲ। ਸੋ ਪੂਰੀ ਗੱਲਬਾਤ ਦੋਸਤੋ ਕਰ ਲਾਂਗੇ ਵੀਰ ਦੇ ਨਾਲ, ਅਤੇ ਡਿਟੇਲ ਆਪਾਂ ਲੈ ਲਾਂਗੇ। ਅਤੇ ਪਸ਼ੂ ਵਪਾਰ ਦਾ ਕੰਮ ਹੈ ਇਸ ਘਰੋਂ, ਆਪਾਂ ਪਹਿਲਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ, ਅਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾ ਦਾਂਗੇ। ਇੱਕ ਝੋਟੀ ਪਹਿਲਾਂ ਦਿਖਾਵਾਂਗੇ, ਪਸ਼ੂ ਸਾਰੇ ਸੂਏ ਸਵਾਏ ਆ, ਦੋ ਵਿਹੜਾ ਹੈ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ, ਇੱਕ ਝੋਟੀ ਦਿਖਾ ਦਾਂਗੇ। ਪੂਰੀ ਗੱਲਬਾਤ ਕਰ ਲਾਂਗੇ ਦੋਸਤੋ। ਅੱਜ 18 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਕੱਲ 19 ਸਤੰਬਰ ਮੋਰਨਿੰਗ ਦੋਸਤੋ 6 ਵਜੇ ਆਪਾਂ ਵੀਡੀਓ ਪਾ ਦਿਆਂਗੇ। ਸੋ ਬਿਲਕੁਲ ਸਾਰੇ ਵੀਰ ਨਾਲ ਜੁੜ ਜਿਓ, ਜ਼ਰੂਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ। ਸਭ ਤੋਂ ਪਹਿਲਾਂ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਠੀਕ ਠਾਕ ਜੀ? ਠੀਕ ਠਾਕ ਜੀ, ਵਧੀਆ ਜੀ, ਵਧੀਆ ਵਧੀਆ ਜੀ। ਚਲੋ, ਹੁਣ ਉਦਣ ਤੇ ਬਹੁਤ ਮੌਸਮ ਗਰਮੀ, ਅੱਜ ਠੀਕ ਆ। ਹਾਂਜੀ, ਮੌਸਮ ਬੜਾ ਵਧੀਆ ਬਣ ਗਿਆ, ਬਹੁਤ ਵਧੀਆ ਹੋ ਗਿਆ, ਠੰਡਾ ਮੌਸਮ ਬਣ ਗਿਆ ਜੀ। ਬਹੁਤ ਵਧੀਆ, ਹਾਂਜੀ, ਤੇ ਬਿਲਕੁਲ ਪਸ਼ੂ ਵੀ ਮੈਨੂੰ ਤਾਂ ਪੂਰੇ ਠੰਡੇ ਸੀਲ ਸਾਊ ਹੈ। ਹਾਂਜੀ ਹਾਂਜੀ, ਪੂਰੇ ਠੰਡੇ ਆ ਜੀ। ਹਾਂਜੀ ਹਾਂਜੀ। ਅੱਛਾ ਭਾਜੀ, ਪਸ਼ੂ ਤਿੰਨ ਪਕਾਊਗਾ? ਹਾਂਜੀ, ਇਹ ਤੇ ਹੈ ਤੇ ਚਾਰ ਸੀ ਜੀ, ਇੱਕ ਹੁਣੇ ਤੁਹਾਡੇ ਆਉਣ ਤੋਂ ਪਹਿਲਾਂ ਸੇਲ ਹੋ ਗਈ ਆ, ਬੈਲ ਉਹ ਜਰਸੀ ਹੀ ਬੈਲ। ਠੀਕ ਆ ਜੀ, ਹਾਂਜੀ, ਉਹ ਲੈ ਕੇ ਬੰਦੇ ਹੁਣੇ ਲੈ ਕੇ ਗਏ ਜੀ ਗਾੜੀ ਗਾੜੀ। ਠੀਕ ਆ ਜੀ, ਠੀਕ ਆ, ਲਓ ਜੀ ਤਿੰਨ ਪਸ਼ੂ ਆ ਦੋਸਤੋ, ਆਜੋ ਕਰਦੇ ਹਾਂ ਡਿਟੇਲ ਸਾਂਝੀ। ਠੀਕ ਆ, ਤਿੰਨੇ ਪਸ਼ੂ ਬਿਲਕੁਲ, ਦੋ ਬੈੜਾ ਇੱਕ ਝੋਟੀ ਆ। ਅੱਛਾ ਭਾਜੀ, ਪਹਿਲੇ ਨੰਬਰ ਤੋਂ ਝੋਟੀ ਤੋਂ ਸਟਾਰਟ ਕਰ ਲਈਏ। ਹਾਂਜੀ, ਕੀ ਡਿਟੇਲ ਆ ਝੋਟੀ ਦੀ? ਇਹ ਵੀਰ ਜੀ ਪਹਿਲਾਂ ਝੋਟੀ ਆ। ਹਾਂ, ਦੁੱਧ ਦੇ ਥੱਲੇ ਹੁਣ ਇਸ ਟਾਈਮ ਕੰਡੇ ਵਾਲਾ 8 ਕਿਲੋ ਤਿਆਰ ਹੋ ਜੀ, ਅਜੇ ਅੱਜ 5ਵਾਂ ਦਿਨ ਆ 6ਵਾਂ ਸੂਈ ਨੂੰ। ਅੱਛਾ ਜੀ, ਹਾਂਜੀ, ਕੱਟੀ ਮਗਰ ਆ ਇਹਦੇ, ਬਿਲਕੁਲ ਤਾਜ਼ੀ ਕੱਟੀ ਆ, ਵਿਖਾ ਦੇ ਨਿਕਲ। ਲਓ ਜੀ, ਹਾਂਜੀ, ਮਗਰ ਕੱਟੀ ਆ ਦੋਸਤੋ, ਵੇਖੋ। ਹਾਂ, ਠੀਕ ਆ, ਮਗਰ ਕੱਟੀ ਆ ਨੀਲੀ ਦੀ, ਤੇ ਆਪ ਵੇਖ ਸਕਦੇ ਝੋਟੀ ਬਹੁਤ ਸੋਹਣੀ ਆ। ਠੀਕ ਆ ਜੀ, ਵਧੀਆ ਚੰਗੀ ਝੋਟੀ, ਪਹਿਲਾਂ ਬਰੂਨ ਝੋਟੀ, ਪਹਿਲਾਂ ਸੂਆ ਸੂਈ ਆ, ਅੱਜ 5 ਦਿਨਾਂ ਦੀ ਸੂਈ ਆ। ਠੀਕ ਆ ਜੀ, ਤੇ ਹੁਣ ਕਿੰਨਾ ਕੁ ਬੋਲਾ ਹੈਗਾ ਜੀ? ਹੁਣ ਇਹ 8 ਕਿਲੋ ਬੋਲਾ ਹੈਗਾ ਜੀ, ਥੱਲੇ ਦੇ ਤਿਆਰ ਬਿਲਕੁਲ। 8 ਕਿਲੋ, ਹਾਂਜੀ ਹਾਂਜੀ, ਬਾਕੀ ਕੱਦ ਕਾਠ ਵਾਲੀ ਆ ਝੋਟੀ, ਦੁੱਧ ਕਰੂਗੀ ਵੈਸੇ ਉਹਨਾਂ। ਚਲੋ ਇਹ ਆ ਵੀ ਆਪਾਂ ਤਾਂ ਉਹਨਾਂ ਦਿੱਤੀ 12 ਲੀਟਰ, ਪਰ ਆਪਾਂ ਨੇ ਵੀ ਚਲੋ ਪਹਿਲਣਾ 10-11 ਤੇ ਚਵਾਊਗੀ ਚਵਾਊਗੀ, ਸੇਵਾ ਵੀ 12 ਵੀ ਚਵਾ ਸਕਦੀ। ਵੇਖੋ ਸਾਨੂੰ, ਲਓ ਜੀ ਝੋਟੀ, ਵੇਖੋ ਕੱਦ ਕਾਠ ਕਿੱਥੇ, ਵੇਖੋ ਕਿੱਥੇ, ਨਹੀਂ ਪੂਰੇ ਵੱਡੇ ਕੱਦ ਦੀ ਆ, ਵੱਡੇ ਕੱਦ। ਸੋ ਵੱਡੇ ਕੱਦ ਕਾਠ ਦੀ ਦੋਸਤੋ ਝੋਟੀ ਆ, ਪਹਿਲਣ ਝੋਟੀ ਸੂਈ ਆ, ਬਾਕੀ ਫੇਸ ਕੁਆਲਿਟੀ ਵੇਖੋ ਬਹੁਤ ਸੋਹਣੀ ਆ। ਠੀਕ ਆ, ਸਿੰਗੀ ਸੁੰਗੀ ਤੇ ਮਗਰ ਕੱਟੀ ਵੀ ਬਹੁਤ ਸੋਹਣੀ ਆ। ਠੀਕ ਆ, ਮਗਰ ਨੀਲੀ ਦੀ ਕੱਟੀ ਆ, ਇਹ ਵੀ ਤੁਹਾਨੂੰ ਪਸੰਦ ਆਊਗੀ, ਇਹਨੂੰ ਖੋਲ ਕੇ ਤੋੜ ਕੇ ਦਿਖਾਓ ਜੀ। ਠੀਕ ਆ, 8 ਕਿਲੋ ਬਿਲਕੁਲ, ਜਿਹੜਾ ਹੁਣ ਦੋਸਤੋ ਬੋਲੇ ਤੋਂ ਸਟਾਰਟ ਆ ਕੰਮ, ਨੂੰ ਜਾ ਕੇ 8 ਕਿਲੋ ਬੋਲ, 5 ਕੁ ਵੈਸੇ ਦਿਨ 5 ਕੁ ਹੋਏ ਆ ਦੋਦੋਂ, ਬਿਲਕੁਲ ਜਿਹੜਾ ਪਸ਼ੂ ਦੋਸਤੋ ਹੈ ਚੱਲਣਾ। ਪਹਿਲਾਂ ਝੋਟੀ, ਬਾਕੀ ਆਰਡਰ ਦੀ ਕੁਆਲਿਟੀ ਵੇਖੋ ਕਮਾਲ ਦੀ। ਆਹ ਵੇਖੋ, ਆਹ ਦੇਖੋ ਜੀ, ਠੀਕ ਆ, ਆਰਡਰ ਫਿਕਸ ਹੀ ਆਰਡਰ ਆ ਦੋਸਤੋ। ਥਣ ਤੁਸੀਂ ਵੇਖੋਗੇ ਤਾਂ ਘੱਟੋ ਘੱਟ ਵੀ 4-4 ਇੰਚ ਦਾ ਗੈਪ ਆ ਥਣਾਂ ਦੇ ਵਿੱਚ। ਲਓ ਜੀ, ਆਹ ਦੇਖੋ ਜੀ, ਠੀਕ ਹੈ, ਠੀਕ ਹੈ, ਠੀਕ ਹੈ। ਲਓ ਜੀ, ਅੱਛਾ ਭਾਅ ਜੀ, ਕੀ ਮੁੱਲ ਕੀ ਕਰਾਂਗੇ, ਤਾਂ ਡਿਮਾਂਡ ਕੀ ਹੈ? ਮੁੱਲ ਤੇ 85 ਵੀ ਕਰ ਲਈਏ, 90 ਵੀ ਕਰ ਲਈਏ ਝੋਟੀ ਦਾ। ਹਾਂ, ਠੀਕ ਹੈ ਜੀ, ਝੋਟੀ ਆਪਾਂ ਦੇਣੀ ਹੈ ਜੀ 76,000 ਦੀ ਝੋਟੀ ਦੇ ਦਾਂਗੇ। 76 ਦੀ? ਹਾਂਜੀ ਹਾਂ, ਨਾ 76,000 ਦੀ ਆ। ਅੱਛਾ ਜੀ, ਹਾਂਜੀ, ਉਹਦੇ ਵਿੱਚੋਂ ਛੋੜ ਛੱਪਾ ਜਿਹੜਾ ਵਾ, ਛੋੜ ਛੱਪਾ ਹੀ ਹੋਣਾ ਜੀ। ਅੱਛਾ ਜੀ, ਬਾਕੀ ਥਾਣ ਪੂਰਾ ਪਸਮ ਕੇ ਜੀ ਆਪਾਂ ਵਿਖਾਉਨੇ ਆ ਵੀਡੀਓ, ਤੇ ਪੂਰਾ ਦਿਖਾਵਾਂਗੇ ਚਵਾਈ ਦੋਸਤੋ। ਤੁਸੀਂ ਵੀਡੀਓ ਦੇ ਵਿੱਚ ਬਿਲਕੁਲ ਨਾਲ ਚੱਲਦੀ ਦੇਖ ਹੀ ਲਈ ਆ, ਨਾਲ ਬਿਲਕੁਲ ਚਵਾਈ ਵੀ ਕਰਵਾਤੀ ਆ। ਠੀਕ ਆ ਜੀ, ਤੇ ਮਗਰ ਕੱਟੀ ਆ, ਕੱਟੀ ਵੀ ਪਸੰਦ ਆਊਗੀ ਝੋਟੀ ਦੋਵੇਂ। ਠੀਕ ਆ ਜੀ, ਜੋੜਾ ਲੈ ਕੇ ਜਾਓਗੇ ਤੁਸੀਂ 76,000 ਚ? ਹਾਂਜੀ, 76,000 ਦੇ ਦਾਂਗੇ। 76,000 ਦੇ ਕੋਲ ਤੁਹਾਨੂੰ ਥਾਂ ਥਾਂ ਦਿਖਾ ਦਿੰਨੇ ਆ। ਹਾਂਜੀ, ਆ ਦੇ ਪਸਮਾ ਕੇ ਵਿਖਾ ਦਾਂਗੇ ਮਗਰ। ਠੀਕ ਆ ਜੀ, ਤੇ ਆਹ ਦੇਖੋ ਥਣ ਥਣ ਦੀ ਕੁਆਲਿਟੀ। ਠੀਕ ਆ ਜੀ, ਥਣ ਪੂਰਾ ਮੁੱਠੀ ਵਾਲਾ। ਠੀਕ ਆ,
ਤੇ ਨਵੀਂ ਝੋਟੀ ਆ, ਪਹਿਲਾਂ ਝੋਟੀ ਸੂਈ ਆ, ਠੀਕ ਆ, ਪਸੰਦ ਆਊਗੀ ਤੁਹਾਨੂੰ, ਠੀਕ ਆ, ਕੋਈ ਵੀ ਰਾਇਆ ਤੇ ਛੱਡ ਕੇ ਨਹੀਂ ਜਾਊਗਾ, ਠੀਕ ਆ, ਬਹੁਤ ਸੋਹਣੀ ਝੋਟੀ ਆ, ਮਗਰ ਕੱਟੀ ਵੀ ਬਹੁਤ ਅਸਲੇ ਦੀ ਆ। ਅੱਗੇ ਆਪਣੇ ਕੋਲ ਵੈੜ ਆ ਗਈ ਹੈ ਜੀ, ਤੇ ਵੈੜ ਵੀ ਬਿਲਕੁਲ ਤਾਜ਼ੀ ਹੈ। ਹਾਂਜੀ ਤਾਜ਼ੀ ਹੈ ਜੀ ਬਿਲਕੁਲ। ਅੱਛਾ, ਇਹਨੂੰ ਹੋਗੇ ਜੀ 12-13 ਦਿਨ ਸੂਈ ਨੂੰ। ਅੱਛਾ ਜੀ, ਹਾਂਜੀ 12-13 ਦਿਨ। ਹਾਂਜੀ, ਦੁੱਧ ਇਹਦੇ ਥੱਲੇ ਜੀ 14 ਲੀਟਰ ਤਿਆਰ ਹੋਊਗਾ। ਹਾਂਜੀ, 14 ਲੀਟਰ 2-4 ਡੰਗ ਚੋ ਕੇ ਮਿਣ ਕੇ ਲੈ ਲਿਆ ਜੀ। ਠੀਕ ਹੈ ਜੀ। ਹਾਂਜੀ, ਲੀਟਰ ਮਾਰ ਕੇ। ਠੀਕ ਹੈ ਜੀ। ਹਾਂਜੀ ਹਾਂਜੀ, 14 ਕਿਲੋ ਦੁੱਧ ਤੇ 12 ਕਿਤੇ ਨੀ ਸੂਈ ਨੂੰ ਹੋਇਆ। ਹਾਂਜੀ ਹਾਂਜੀ ਹਾਂਜੀ, ਤੇ ਬੱਚਾ ਥੱਲੇ ਮਗਰ ਬੱਚਾ। ਹਾਂਜੀ, ਵੱਛੀ ਮਗਰ ਬੱਚੀ, ਇਹਦੇ ਵੱਛੀ ਆ ਜੀ। ਲਓ ਜੀ, ਇਹ ਵੀ ਮਗਰ ਫੀਮੇਲ ਕਾਫ ਆ, ਮਗਰ ਬੱਚੀ ਆ। ਤੇ ਸੂਆ ਕਿਹਨਾਂ ਹੋਊਗਾ ਜੀ? ਇਹ ਸੂਆ ਜੀ ਤੀਜੇ ਸੂਏ ਐਰਕੀ ਸੂਈ ਆ ਜੀ। ਅੱਛਾ ਜੀ। ਵੈਸੇ ਵਿਖਾਉਂਦੀ ਤੇ ਆ ਦੂਜਾ ਸੂਆ, ਤੇ ਪਰ ਆਪਾਂ ਇਹ ਗੱਲ ਹੈਗੀ ਘਰੋਂ ਲਈ, ਸਾਂਝ ਵਾਲਿਆਂ ਬੰਦਿਆਂ ਕੋਲ ਲਈ ਆ, ਉਹਨਾਂ ਵੀ ਤੀਜੇ ਸੂਏ ਸੂਈ ਆ, ਤੇ ਇਸ ਗੱਲ ਦੀ ਤੀਜੇ ਸੂਏ ਦੀ ਆਪਣੀ ਫੁੱਲ ਗਰੰਟੀ ਆ। ਤੀਜਾ ਸੂਆ। ਹਾਂਜੀ ਹਾਂਜੀ, ਠੀਕ ਹੈ। ਬਾਕੀ ਚਵਾਈ ਚੁਈ ਚਵਾਈ ਬਿਲਕੁਲ ਲੋਕੇ ਆ ਜੀ। ਠੀਕ ਹੈ ਹਾਂਜੀ, ਐਂ ਚਵਾਈ ਬਿਲਕੁਲ। ਲਿਓ ਜੀ, ਖੋਲ ਦੋ ਵੀਰ ਜੀ, ਦਿਖਾਈਏ ਜੀ। ਸੋ ਦਿਨ ਵੀ ਦੋਸਤੋ 12-13 ਹੀ ਹੋਏ ਆ, ਤੇ 12-14 ਲੀਟਰ ਹੀ ਜਿਹੜਾ ਘੱਟੋ ਘੱਟ ਵੀ ਹਾਜ਼ਰ ਆ। ਬਿਲਕੁਲ ਦੁੱਧ ਹੀ ਮੰਨ ਸਕਦੇ ਹੁਣ? ਹਾਂਜੀ ਹਾਂਜੀ, ਦੁੱਧ ਹੀ ਆ ਜੀ ਹੁਣ, ਤੇ ਦੁੱਧ ਬਣਿਆ ਵਧੀਆ ਐਨ। ਠੀਕ ਹੈ, ਫਿਰ ਸੀਸ ਰੱਗ ਵੜੀ ਆ ਜੀ, ਕੋਈ ਵੰਗੇ ਦੀ ਲੋੜ ਨਹੀਂ। ਠੀਕ ਹੈ ਜੀ। ਹਾਂਜੀ, ਤੇ ਵੱਛੀ ਥੱਲੇ ਬੱਚਾ ਜਿਹੜਾ ਉਹ ਵੱਛੀ ਆ, ਫੀਮੇਲ ਕਾਫ ਇਸ ਵੈੜ ਦੇ ਥੱਲੇ ਆ ਦੋਸਤੋ। ਬਾਕੀ ਆਰਡਰ ਦੀ ਕੁਆਲਿਟੀ ਦੇਖੋ, ਠੀਕ ਹੈ ਜੀ। ਵੱਡਾ ਆਰਡਰ ਅੱਜ ਨੋਰਮਲੀ ਆਪਾਂ ਜਿਵੇਂ HF ਵੈੜਾਂ ਦੇ ਦੇਖਦੇ ਹਾਂ, ਠੀਕ ਹੈ ਜੀ, ਕ੍ਰੋਸ ਪੰਨ ਦੇ ਵਿੱਚ ਵੈੜ ਆ, ਪਰ ਸਰੀਰਕ ਢਾਂਚਾ ਵੇਖੋਗੇ ਦੋਸਤੋ ਬਹੁਤ ਸੋਹਣੀ ਹੈ। ਠੀਕ ਹੈ, ਅਤੇ ਬਾਈ ਇਹਦਾ ਵੀ ਦੂਜਾ ਸੂਆ ਮੰਨ ਕੇ ਖਰੀਦੀ ਸੀ, ਚਲੋ ਘਰੇਲੂ ਜਾਣ ਪਛਾਣ ਵਾਲੇ ਘਰਾਂ ਦੇ ਵਿੱਚੋਂ ਲਈ ਹੈ, ਪਰ ਤੀਜਾ ਸੂਆ ਤੁਸੀਂ ਮੰਨ ਕੇ ਸੌਦਾ ਕਰ ਲਿਓ। ਠੀਕ ਆ, ਪਵਾਨਾ ਕਾਫੀ ਸੋਹਣਾ, ਠੀਕ ਆ, ਦੁੱਧ ਪਾ ਦੂਗੀ ਘੱਟੋ ਘੱਟ ਵੀ 18-16 ਪਾਊਗੀ ਪਾਊਗੀ ਜੀ, ਦੁੱਧ ਪਾਊਗੀ। ਦੁੱਧ ਕਿਤੇ ਸਮਝਾਓ ਕਰਦਾ, ਤੇ ਥੋੜਾ ਹੁੰਦਾ ਬਸ, ਕਰਤੂਤਾਂ 'ਚ ਹੁੰਦਾ ਦੁੱਧ ਕਰੂਗੀ, ਅਜੇ ਵੈੜ ਕਰ ਚੜ੍ਹਦੀ ਆਉਂਦੀ ਕਰਮਾਂ ਵਾਲੀ ਦੁੱਧ। ਹਾਂਜੀ, ਲਓ ਜੀ, ਠੀਕ ਆ। ਬਾਕੀ ਥਾਂ ਥੂਣ ਪੂਰਾ ਮੁੱਠੀ ਵਾਲਾ, ਠੀਕ ਆ ਜੀ, ਪੂਰਾ ਜੀ, ਪੂਰੀ ਸੀਸ ਰੱਖ ਲਾ ਜੀ। ਆਹ ਵੇਖੋ, ਥਾਂ ਦੀ ਲੰਬਾਈ ਇੱਦਾਂ ਵੇਖ ਲਓ ਭਾਵੇਂ, ਪੂਰਾ ਇਹ ਗੱਲ ਹੈਗੀ ਆ, ਚਵਾਈ ਵੀ ਪੂਰੀ ਆ ਜੀ, ਮਾਰਿਓ ਮਾਰਿਓ। ਆਹ ਦੇਖੋ ਜੀ, ਇੱਦਾਂ ਹੀ ਭਾਵੇਂ, ਆਹ ਦੇਖੋ, ਠੀਕ ਹੈ ਜੀ, ਪੂਰਾ ਪੂਰਾ ਚਵਾ ਵਧੀਆ ਹੋਰ। ਆਹ ਵੇਖੋ, ਕਾਫੀ ਸੋਹਣਾ ਆਹ ਅਗਲੇ ਖਾਣਾ ਵੀ ਚਵਾਈ। ਲਓ ਜੀ, ਲਓ ਜੀ, ਬਸ ਕਰੋ, ਠੀਕ ਹੈ ਜੀ, ਠੀਕ ਹੈ। ਅਤੇ ਇਹਦਾ ਮੁੱਲ ਭਾਅ ਜੀ ਕੀ ਕਰਾਂਗੇ ਲੈਣ ਦੇਣ ਵਾਲੀ ਗੱਲਬਾਤ? ਭਾਅ ਜੀ, ਮੁੱਲ ਤਾਂ ਇਹਦਾ ਦੁੱਧ ਦੇ ਹਿਸਾਬ ਨਾਲ ਭਾਵੇਂ 55 ਵੀ ਕਰ ਲਈਏ, 50 ਵੀ ਕਰ ਲਈਏ, ਇਹ ਵੈੜ ਆਪਾਂ 43,000 ਦੀ ਦੇ ਦਾਂਗੇ ਜੀ। ਇੱਕੋ ਗੱਲ, ਹਾਂਜੀ, ਤੁਹਾਨੂੰ ਪਤਾ ਆਪਾਂ ਦੇਣ ਲੈਣ ਵਾਲੇ ਕਿਉਂ, ਕੋਈ ਨਹੀਂ, ਦੁੱਧ ਦੀ ਆਪਣੀ ਗਰੰਟੀ, ਉਹ ਭਾਲਾ 2 ਡੰਗ ਚੋਲੇ, 4 ਡੰਗ ਕੋਈ ਚੋਲੇ, ਭਾਵੇਂ ਔਨਲਾਈਨ ਵੀ ਜਿਹੜਾ, ਤੁਹਾਨੂੰ ਮੈਂ ਦੱਸਾਂ ਗੱਲ, ਜਿੰਨਾ ਦੁੱਧ ਆਖਾਂਗੇ ਉਨਾ ਹੀ ਹੋਊ, ਕਿਉਂ ਝੂਠ ਦੇ 1 ਰੁਪਈਏ ਦਾ ਨਾਮ ਮਾਰਿਆ, ਤੁਹਾਨੂੰ ਪਤਾ ਅੱਗੇ ਵੀ ਆਪਣੀਆਂ ਵੀਡੀਓ 'ਚ ਆਉਂਦੀਆਂ ਵਾ, ਅਤੇ ਨਹੀਂ ਲੋੜ ਹੀ ਨਹੀਂ ਕੋਈ ਇਸ ਗੱਲ ਦੀ, ਜੋ ਹੈਗਾ ਸੋ ਹੀ ਦੱਸਣਾ ਵਾ ਜੀ, ਕਿਉਂ ਰੁਪਈਆ ਬੜਾ ਔਖਾ ਬਣਦਾ ਜੀ, ਸਾਨੂੰ ਪਤਾ ਨਾ, ਜਿਉਂ ਸਿਰ ਤੋਂ ਉੱਠ ਪਈਦਾ ਇਹਨਾਂ ਦੇ ਵਿੱਚ, ਅਤੇ ਬਹੁਤ ਔਖਾ ਰੁਪਈਆ ਬਣਦਾ ਜੀ, ਬਿਲਕੁਲ, ਉਹ ਧੋਖੇ ਹਾਲ ਤੱਕ ਦੇ ਨਹੀਂ ਕੋਈ ਵੀ ਗੱਲ ਹੈਗੀ, ਸਹੀ ਹੈ ਜੀ। ਹਾਂਜੀ ਹਾਂਜੀ, ਬਾਕੀ ਸੀਸ ਲੱਗ ਆਈ, ਠੀਕ ਹੈ ਜੀ, ਮਗਰ ਵੱਛੀ ਆ ਦੋਸਤ, ਹਾਂਜੀ ਵੱਛੀ ਆ, ਵੈੜ ਵੀ ਤੁਸੀਂ ਦੇਖ ਲਈ ਆ, ਪੂਰੀ ਤਸੱਲੀ ਵਾਲੀ ਆ, ਤੇ ਥਾਂ ਥੋਂ ਦੀ ਕੁਆਲਿਟੀ ਬਹੁਤ ਸੋਹਣੀ, ਆਰਡਰ ਕੁਆਲਿਟੀ ਬਹੁਤ ਵਧੀਆ ਜੀ, ਗੋਲ ਬਣਨਾ ਪੂਰਾ, ਤੇ ਲੇਵੇ ਦੀ ਬਹੁਤ ਜ਼ਿਆਦਾ ਸਾਫ, ਬਿਲਕੁਲ ਨਿੱਗਰ, ਹਾਂਜੀ ਨਿੱਗਰ, ਅਗਲੀ ਵੈੜ ਕਿਹੜੀ ਜੁੜ ਜਾਂਦੀ ਪੂਰਾ ਜੀ, ਐਂ ਪੂਰਾ ਇਹਨੇ ਖੁਣ ਚ ਹੋਇਆ ਨਾ, ਜਦੋਂ ਐਂ ਨੁੱਤਰ ਜਾਂਦੀ, ਚੱਲ ਅਗਲੀ ਖੋਲ ਲਿਆਓ ਜੀ, ਅਗਲੀ ਵੈੜ ਦਿਖਾ ਦਈਏ। ਇਹ ਵੀ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹ ਵੀ ਤਕਰੀਬਨ ਇੰਨੇ ਕੁ ਦੇਣੀ ਇਹਨੂੰ ਹੋਏ ਆ ਜੀ, 12-14 ਦਿਨ ਇਹਨੂੰ ਸੂਈ ਨੂੰ ਹੋਏ ਆ, ਠੀਕ ਹੈ ਜੀ। ਹਾਂਜੀ ਹਾਂਜੀ, ਪੂਰੀ ਵੈੜ ਨਵੀਂ ਆ ਜੇ, ਦੂਜਾ ਵੀ ਕਹਿ ਦਈਏ ਚੱਲਦਾ ਵੈਸੇ, ਪਰ ਨਹੀਂ ਜੋ ਸਹੀ ਆ, ਤੀਜਾ ਤੀਜੇ ਹੀ ਆ, ਠੀਕ ਹੈ ਜੀ। ਹਾਂਜੀ, ਤੀਜਾ ਦਿਨ ਕਿੰਨੇ ਦੱਸੇ ਨੂੰ ਜੀ ਸੂਈ? ਇਹਨੂੰ ਹੋ ਗਈ ਅੱਜ, ਇਹਨੇ 12-13 ਦਿਨ ਹੀ ਹੋਏ ਜੀ ਇਹਨੂੰ ਸੂਈ ਨੂੰ, ਠੀਕ ਹੈ ਜੀ। 12-13 ਦਿਨ ਦਾ ਹੀ ਸਮਾਂ ਹੋਇਆ ਭਰਾਵੋ ਇਸ ਵੈੜ ਨੂੰ ਸੂਈ ਨੂੰ, ਠੀਕ ਹੈ ਜੀ, ਸੂਆ ਤੀਜਾ, ਮਗਰ ਇਹਦੇ ਬੱਚਾ, ਇਹਦੇ ਬੱਚਾ ਆਈ, ਇਹਦੇ ਮਗਰ ਮੇਲ ਆ, ਠੀਕ ਹੈ, ਬੱਚਾ,
ਤੇ ਦੁੱਧ ਭਾਜੀ ਅੱਜ ਫਿਰ ਕਿੰਨਾ ਕੁ ਹੁਣ ਚਵਾਵਾਂਗੇ ਆਪਾਂ? ਇਹਦੇ ਥੱਲੇ ਦੁੱਧ ਹੋਊਗਾ ਜੀ 12 ਕਿਲੋ ਤਿਆਰ ਦੁੱਧ ਆ ਜੀ ਇਹਦੇ ਥੱਲੇ। 12 ਕਿਲੋ? ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ 12-13 ਕਿਲੋ ਹੈਗਾ, ਤੁਸੀਂ 12 ਕਿਲੋ ਹੀ ਮੰਨੋ ਜੀ। ਚਵਾ ਬਹੁਤ ਇਹਦਾ ਵੀ ਕਰਮਾ ਜੀ, ਬਹੁਤ ਸੋਹਣਾ ਚਵਾ। ਲਓ ਵੀ ਭਰਾਵੋ 12 ਕਿਲੋ ਦੁੱਧ ਜੇ ਮਗਰ ਬੱਚਾ, ਠੀਕ ਹੈ ਬੱਚਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਤੇ ਚਵਾਈ ਚ ਵੀ ਕਿੱਦਾਂ? ਚਵਾਈ ਬਿਲਕੁਲ ਓਕੇ ਆ ਜੀ। ਓਕੇ ਪੋਟਾ? ਹਾਂਜੀ ਓਕੇ। ਮੈਂ ਨਾ ਪੂਰੀ ਪੋਲੀ ਜਿਸ ਤਰ੍ਹਾਂ ਦੂਜੀ ਵਾਰੀ ਉਦਾਂ ਦੀ ਭਰੂ। ਚਵਾਈ ਦਾ ਨਹੀਂ ਪੋਲਾ ਡੰਗਰ, ਤੁਹਾਨੂੰ ਪਤਾ ਹੈ ਪੋਲਾ ਲਈਦਾ ਡੰਗਰ। ਲਓ ਜੀ ਚਵਾਈ ਬਾਈਆਂ ਦਾ ਵੀ ਬਿਲਕੁਲ ਪੋਲੀ ਆ ਦੋਸਤੋ, ਜਿੱਦਾਂ ਪਹਿਲਾਂ ਭਰਾ ਕੇ ਦਿਖਾਈ ਆ। ਆਹ ਵੀ ਤੁਸੀਂ ਵੇਖ ਸਕਦੇ ਵੀ ਠੰਡੀ ਸੀਰ ਆ ਵੀ, ਕੋਈ ਇਹ ਨਹੀਂ ਹੈਗੀ ਕੋਈ ਡਰਾਕਲ ਭਜਾਕਲ ਜੀ। ਆ ਵੇਖੋ ਮਗਰਲੇ ਸਾਨੂੰ ਵੇਖੋ, ਠੀਕ ਹੈ ਜੀ ਆ ਅਗਲੇ ਥਾਂ ਦੇ। ਬਾਕੀ ਪੂਰੀਆਂ ਸੀਸ ਲੱਗਾ ਬੈਣਾ ਦੁੱਧ ਵਾਲੀਆਂ ਹੀ, ਅਜੇ ਵੀ ਕਰੋ ਗਰਮੀ ਗੁਰਮੀ ਰਹੀ ਆ ਤਾਂ ਉਹਦਾ ਕਰਕੇ ਥੋੜ੍ਹਾ ਜਿਹਾ ਹੈ। ਹੁਣ ਮੌਸਮ ਠੰਡਾ ਆ ਗਿਆ ਜੀ, ਹੁਣ ਕਰਕੇ ਨੂੰ ਕੁਰਕਰਾ ਕਰਮ ਵਾਲੀਆਂ ਟਿਕੀਆਂ। ਨਹੀਂ ਇਹਨਾਂ ਦੀ ਰੁੱਤ ਚਲੋ ਹਾਂਜੀ ਹਾਂਜੀ ਕਰਮ ਵਾਲੀ ਵੀ ਆ ਗਈ ਆ, ਕਿਉਂਕਿ ਮੌਸਮ ਠੰਡਾ ਇਹਨਾਂ ਦਾ ਜਾਣ ਸੌਖੀ। ਬਾਕੀ ਇਹਦੀ ਤਾਂ ਉਹਨਾਂ ਚਲੋ ਇਹ ਗੱਲ ਹੈਗੀ ਆ ਵੀ 26 ਲੀਟਰ ਦੀ ਗਰੰਟੀ ਦਿੱਤੀ ਆ, ਉਹਦੀ ਉਹਨਾਂ ਨੇ 20 ਲੀਟਰ ਦੀ ਦਿੱਤੀ ਗਰੰਟੀ। ਉਹਦੀ 20 ਦੀ ਇਹਦੀ 26? ਹਾਂਜੀ ਹਾਂਜੀ ਇਹਦੀ 20 ਲੀਟਰ ਦੀ ਉਹਨਾਂ ਨੇ ਗਰੰਟੀ, 26 ਲੀਟਰ ਦੀ ਗਰੰਟੀ ਦਿੱਤੀ ਹੈ ਇਹਦੀ, 26 ਲੀਟਰ ਵੈਟ ਦੁੱਧ ਕਰੂ। ਹਾਂਜੀ ਠੀਕ ਹੈ। ਬਾਕੀ ਚਲੋ ਆਪਦੀ ਸੇਵਾ ਤੇ ਤੁਹਾਨੂੰ ਪਤਾ ਹੀ ਚੱਲਦਾ। ਤੇ ਕੀ ਮੁੱਲ ਕੀ ਕਰਦੇ ਫਿਰ? ਹਾਂਜੀ ਮੁੱਲ ਮੁੱਲ ਇਹ ਸੰਧੂ ਸਾਹਿਬ ਆਪਾਂ 46,000 ਦੀ ਵੈਟ ਦੇ ਦਾਂਗੇ, ਮੁੱਲ 55,000 ਕਰਾਂਗੇ। 46,000 ਦੀ ਹਾਂ ਨਾ ਦੇਵਾਂਗੇ। 46 ਦੀ? ਹਾਂਜੀ ਹਾਂਜੀ, ਪਰ ਉਹ ਚੋਣ ਦੀ ਜਿਤਨਾ ਮਰਜ਼ੀ ਕੋਈ ਇਹ ਚੋ ਕੇ ਆਪਣੀ ਤਸੱਲੀ ਕਰੇ ਜੀ। ਹਾਂਜੀ ਬਿਲਕੁਲ ਜੀ, ਘਰੇ ਆਣ ਕੇ ਜਿਹਨੇ ਪੈਸੇ ਲਾਉਣੇ ਆ, ਪੈਸੇ ਲਾਉਣੇ ਆ ਜੀ, ਅਗਲੇ ਤਸੱਲੀ ਆਪਾਂ ਤਸੱਲੀ ਕਰਕੇ ਲਿਆਉਂਦੇ ਹਾਂ। ਬਿਲਕੁਲ ਠੀਕ ਹੈ ਨੀ ਗੱਲ। ਕਈ ਹੁਣ ਇਹ ਆ, ਕਈ ਵੀਰ ਹੁਣ ਚਲੋ ਇਹ ਆ ਵੀ ਉਹ ਆਖ ਦਿੰਦੇ ਵੀ ਨਹੀਂ ਕੋਈ ਨੀ ਤੁਸੀਂ ਮੰਨ ਲਓ ਵੀ ਚਵਾਈ ਦਾ ਨਾ ਕੋਈ ਵੀ ਹੈ ਤੇ ਨਹੀਂ ਨਿਕਲਿਆ ਵੀ ਨਹੀਂ ਅਜੇ ਤੱਕ। ਪਸ਼ੂ ਅੱਜ ਭਾਜੀ ਆਪਣੇ ਕੋਲ 3 ਸੀ, 3-4 ਹੀ ਪਸ਼ੂ ਜੀ, ਇੱਕ ਹੁਣੇ ਸੇਲ ਹੋ ਗਈ ਆ। ਚਲੋ ਜੀ ਹਾਂਜੀ ਹਾਂਜੀ, ਬਾਕੀ ਆਉਂਦੇ ਰਹਿੰਦੇ ਝੋਟੀਆਂ ਇਹੋ ਜੀਆਂ, ਵਹਿੜਾਂ ਇਹੋ ਜੀਆਂ ਕਰਮਾਂ ਵਾਲੀਆਂ ਆਉਂਦੀਆਂ ਰਹਿੰਦੀਆਂ, ਆਉਂਦੇ ਰਹਿੰਦੀਆਂ। ਹਾਂਜੀ ਬਿਲਕੁਲ, ਇਸ ਥਾਂ ਟਿਕਾਣੇ ਤੇ ਦੋਸਤੋ ਇਸ ਫਾਰਮ ਤੇ, ਠੀਕ ਆ, ਅੱਡੇ ਤੇ ਪਸ਼ੂ ਜਿਹੜਾ ਇਸ ਤਰ੍ਹਾਂ ਦਾ ਆਉਂਦਾ ਰਹਿੰਦਾ, ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਤੇ ਪੁੱਛ ਲਿਆ ਕਰੋ ਕਿ ਇਹੋ ਜਿਹਾ ਮੌਕੇ ਤੇ ਜਿਹੜਾ ਪਸ਼ੂ ਆ ਮੌਜੂਦ ਆ, ਹਾਜ਼ਰ ਆ। ਅੱਜ 3 ਪਸ਼ੂ ਤੁਹਾਨੂੰ ਦਿਖਾਤੇ ਆ, ਠੀਕ ਆ। ਝੋਟੀ ਪਹਿਲੇ ਨੰਬਰ ਤੇ ਦਿਖਾਤੀ ਆ, ਬਹੁਤ ਸੋਹਣੀ ਆ ਚਵਾਈ, ਤੁਸੀਂ ਵਿੱਚ ਵੀਡੀਓ ਤੇ ਨਿਕਲ ਆ, ਠੀਕ ਹੈ ਜੀ। ਅੱਛਾ ਨੰਬਰ ਭਾਜੀ ਇੱਕ ਆਪਣੇ ਬੋਲ ਕੇ ਦੱਸ ਦਈਏ, 98-724 ਹਾਂਜੀ 39-717 ਠੀਕ ਹੈ ਜੀ। ਹਾਂਜੀ ਦੂਜਾ ਹੈਗਾ ਜੀ 82-647 ਹਾਂਜੀ 20-068 ਠੀਕ ਹੈ ਜੀ। ਹਾਂਜੀ ਸੋ ਦੋਸਤੋ ਅੱਜ ਫਿਲਹਾਲ 3 ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀ ਇਸ ਵੀਡੀਓ ਦੇ ਵਿੱਚ, ਠੀਕ ਹੈ ਜੀ। ਤੇ ਪੂਰਾ ਰਿਕਾਰਡ ਪੁੱਛ ਕੇ ਆਪਾਂ ਭਾਈ ਤੋਂ ਤੁਹਾਡੇ ਨਾਲ ਸਾਂਝਾ ਕੀਤਾ। ਛੱਡ ਕੱਟੀ, ਤੋਂ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।